ਦੁਪਹਿਰ ਦੇ 12:30 ਹੋ ਚੁੱਕੇ ਆ ਤੇ ਪਿੰਡ ਧਾਰ ਵਿਖੇ ਵੋਟਾਂ ਦਾ ਸਿਲਸਿਲਾ ਜਾਰੀ ਹੈ। ਲੋਕ ਦੂਰੋਂ ਦੂਰੋਂ ਆਪਣੇ ਘਰਾਂ ਤੋਂ ਚੱਲ ਕੇ ਆ ਕੇ ਵੋਟਿੰਗ ਪਾ ਰਹੇ ਆ। ਮੇਰੇ ਨਾਲ ਕੁਝ ਲੋਕ ਜੁੜੇ ਆ ਜਿਹਨਾਂ ਕੀ ਵੋਟ ਪਾ ਕੇ ਆ ਚੁੱਕੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਅੰਦਰ ਵੋਟਿੰਗ ਚੱਲ ਰਹੀ ਹੈ, ਵੋਟਿੰਗ ਬੂਥ 'ਤੇ ਕੋਈ ਹੰਗਾਮਾ ਤਾਂ ਨਹੀਂ ਹੋ ਰਿਹਾ। ਹਾਂਜੀ, ਕੀ ਨਾਮ ਜੀ ਤੁਹਾਡਾ? ਵਰਿੰਦਰ ਸਿੰਘ ਜੀ, ਵੋਟ ਪਾ ਕੇ ਆਏ ਹੋ, ਅੰਦਰ ਕੋਈ ਵੋਟਿੰਗ 'ਤੇ ਹੰਗਾਮਾ ਤਾਂ ਨਹੀਂ ਹੋ ਰਿਹਾ? ਨਹੀਂ ਜੀ, ਬੜੀ ਕਿਰਪਾ ਮਾਲਕ ਦੀ, ਬੜੀ ਚੜ੍ਹਦੀ ਕਲਾ, ਬਹੁਤ ਵਧੀਆ ਕੰਮ ਚੱਲ ਰਿਹਾ। ਹਾਂਜੀ, ਤੇ ਕੀ ਲੱਗਦਾ ਜਿਹੜਾ ਸਰਪੰਚ ਚੁਣਿਆ ਤੁਸੀਂ, ਜਿਹਨੂੰ ਵੋਟ ਪਾ ਕੇ ਆਏ, ਕੀ ਅਗਰ ਜਿੱਤ ਗਿਆ ਤਾਂ ਪਿੰਡ ਦਾ ਵਿਕਾਸ ਕਰਿਆ? ਬਿਲਕੁਲ ਜੀ, ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ। ਹਾਂਜੀ, ਨਾਲ ਖੜੇ ਸਰਪੰਚ ਸਾਹਿਬ। ਹਾਂਜੀ, ਤੁਸੀਂ ਵੋਟ ਪਾ ਕੇ ਆਏ ਹੋ, ਹਾਂਜੀ, ਮਤਲਬ ਕਿ ਕੋਈ ਬੂਥ 'ਤੇ ਕੋਈ ਹੰਗਾਮਾ ਜਾਂ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਵੀ ਇਸ ਚੋਣ ਨਿਸ਼ਾਨ 'ਤੇ ਵੋਟ ਪਾਉਣੀ ਜਾਂ ਆਪਣੀ? ਕਿਸੇ ਨੇ ਕਿਹਾ ਜੀ, ਆਪਣੀ ਮਰਜ਼ੀ ਦਾ ਪਾਈ ਆ, ਬਹੁਤ ਵਧੀਆ। ਸੋ